ਵਰਤੇ ਇੱਕ ਦੁੱਖ ਸਖਤ ਵਾਰ ਜਮਦੂਤ, ਅੰਤ ਸਮੇਂ ਦਾ ਦੁੱਖ, ਉਹ ਵੀ ਬਹੁਤ ਭੈੜਾ, ਬਹੁਤ ਭੈੜਾ। ਇੱਕ ਦੁੱਖ ਰੋਗ ਲੱਗੇ ਤਨ ਧਾਏ, ਚੌਥੇ ਨੰਬਰ ਤੇ ਬਿਮਾਰੀਆਂ ਦਾ ਦੁੱਖ ਹੈ, ਜੋ ਸਰੀਰ ਤੇ ਮਨ ਨੂੰ ਰੋਗ ਲੱਗਦੇ ਨੇ ਚੌਥੇ ਨੰਬਰ ਤੇ ਰੱਖਿਆ ਹੈ। ਵਿਛੋੜੇ ਨੂੰ ਗੁਰੂ ਨਾਨਕ ਨਿਰੰਕਾਰ ਜੀ ਨੇ ਇੱਕ ਨੰਬਰ ਤੇ ਬਿਰਹੋਂ ਨੂੰ ਕਿੱਥੇ ਰੱਖਿਆ? ਬਿਰਹੋਂ ਨੂੰ ਦੁੱਖ ਨਹੀਂ ਕਿਹਾ ਗੁਰਬਾਣੀ ਨੇ, ਬਿਰਖਾ ਬਿਰਖਾ ਆਖੀਐ ਬਿਰਖਾ ਤੂੰ ਸੁਲਤਾਨ, ਤੂੰ ਸਾਰੇ ਦੁੱਖਾਂ ਦਾ ਬਾਦਸ਼ਾਹ ਹੈ, ਬਸ ਸਾਰੇ ਦੁੱਖਾਂ ਦਾ ਰਾਜਾ। ਤੇ ਜਿਹੜਾ ਬਾਦਸ਼ਾਹ ਹੁੰਦਾ, ਪਤਾ ਨਹੀਂ ਕਿੰਨੇ ਰਾਜੇ ਉਹਦੇ ਅਧੀਨ ਹੁੰਦੇ, ਇਹਨੂੰ ਬਾਦਸ਼ਾਹ ਮੰਨ ਲਏ। ਚਲੋ ਸਿਆਣੀ ਸੰਗਤ ਸੁਣ ਰਹੀ ਹੈ, ਅਸਲੀ ਅਰਥ ਸੁਣਿਓ ਸੁਲਤਾਨ ਦਾ ਕੀ ਹੈ। ਫਰੀਦ ਵਰਗੇ ਗੁਰਮੁਖ ਪਿਆਰੇ ਦੇ ਮੁੱਖ ਤੋਂ ਉਹ ਬਿਰਹੋਂ ਨੂੰ, ਵਿਛੋੜੇ ਦੇ ਦੁੱਖਾਂ ਨੂੰ, ਤੜਪ ਨੂੰ ਬਾਦਸ਼ਾਹ ਮੰਨੇ, ਔਖੀ ਜੀ ਗੱਲ ਆਪਾਂ ਮੰਨ ਸਕਦੇ? ਉਹ ਤਾਂ ਦੁੱਖ ਸੁੱਖ ਰਹਿਤ ਹੋ ਜਾਂਦੇ ਨੇ, ਪਰੇ ਚਲੇ ਜਾਂਦੇ ਨੇ ਉਹਨਾਂ ਗੱਲ, ਪਰ ਉਹਨਾਂ ਨੇ ਸੁਲਤਾਨ ਕਿਉਂ ਲਿਖਿਆ? ਐ ਬਿਰਹੋਂ, ਐ ਵਿਛੋੜੇ ਦੀ ਤੜਪ, ਮੈਂ ਤੈਨੂੰ ਆਪਣਾ ਬਾਦਸ਼ਾਹ ਮੰਨਦਾ, ਮੈਂ ਤੈਨੂੰ ਆਪਣਾ ਮਾਲਕ ਮੰਨਦਾ। ਪੁਰਾਣੇ ਸਮਿਆਂ ਵਿੱਚ ਬਾਦਸ਼ਾਹ ਰਾਜੇ ਰੱਬ ਮੰਨੇ ਜਾਂਦੇ ਸੀ, ਮੈਂ ਤੈਨੂੰ ਰੱਬ ਮੰਨਦਾ। ਕਿਉਂ ਮੰਨਿਆ ਭਗਤ ਨੇ? ਜੇ ਤੂੰ ਪੈਦਾ ਹੋਇਆ ਤਾਂ ਮੈਨੂੰ ਰੱਬ ਦੇ ਮਿਲਾਪ ਦੀ ਇੱਛਾ ਲੱਗੀ, ਤੂੰ ਤੇ ਮੇਰਾ ਮਾਲਕ ਹੈ, ਤੂੰ ਤਾਂ ਮੇਰਾ ਬਾਦਸ਼ਾਹ ਹੈ, ਜਿਹਨੇ ਮੈਨੂੰ ਇਸ ਰਸਤੇ ਤੋੜ ਦਿੱਤਾ। ਜੇ ਤੜਪ ਪੈਦਾ ਹੋਈ ਤਾਂ ਮੈਂ ਬੰਦਗੀ ਕਰਨ ਲੱਗਿਆ, ਜੇ ਇੱਛਾ ਹੀ ਨਾ ਪੈਦਾ ਹੁੰਦੀ, ਇਹੀ ਨਾ ਪਤਾ ਲੱਗਦਾ ਮੈਂ ਵਿਛੜਿਆ, ਤੇ ਮੈਨੂੰ ਮਿਲਣ ਦੀ ਕੀ ਇੱਛਾ? ਹੁਣ ਕਿਹੜਾ ਜਿਹਾ ਬਚਨ ਸੁਣ ਲਿਓ, ਹੈ ਮੈਂ ਵੀ ਵਿਚੇ। ਫਰੀਦ ਸਾਹਿਬ ਨੇ ਬਿਰਹੋਂ ਨੂੰ ਬਾਦਸ਼ਾਹ ਮਾਲਕ ਮੰਨ ਲਿਆ, ਆਪਣਾ ਕਿ ਤੇਰੀ ਕਿਰਪਾ ਹੋਈ ਹੈ, ਮੈਂ ਬੰਦਗੀ ਵੱਲ ਤੁਰੇ, ਮੈਨੂੰ ਪਤਾ ਲੱਗਿਆ ਮੈਂ ਵਿਛੜਿਆ ਹੋਇਆ ਮਿਲਾਂ। ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਵੀ ਬਚਨ ਕਰ ਰਹੀ, ਇਹੀ ਤੁਕ ਅਗਲੀ ਪੜ੍ਹ ਲਓ। ਜਿਨ੍ਹਾਂ ਦੇ ਮਨ ਵਿੱਚ ਇਹ ਪੈਦਾ ਹੀ ਨਹੀਂ ਹੋਇਆ ਮੈਂ ਵਿਛੜਿਆ ਹੋਇਆ, ਵੈਸਾਖ ਤੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿੱਚੋਂ ਜਿਨ੍ਹਾਂ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਦੁਨੀਆਂ ਦੀ ਕੋਈ ਚੀਜ਼ ਧੀਰਜ ਨਹੀਂ ਦੇ ਸਕਦੀ। ਤੇ ਆਪਾਂ ਨੂੰ ਬਹੁਤ ਚੀਜ਼ਾਂ ਤੋਂ ਧੀਰਜ ਮਿਲ ਰਿਹਾ ਹੈ, ਖੁਸ਼ ਟਿਕਾ ਮਿਲ ਰਿਹਾ, ਖੁਸ਼ੀ ਮਿਲ ਰਹੀ, ਕਾਰਨ ਕੀ ਹੈ? ਖਿਮਾ ਕਰਦੇ ਹੋ, ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਵਾਹਿਗੁਰੂ ਤੋਂ ਵਿਛੜੇ ਹੋ, ਨਹੀਂ ਪਤਾ। ਸਭ ਨੂੰ ਆਪਾਂ ਨੂੰ ਪਤਾ ਹੈ ਕਿਹੜੇ ਕਿਹੜੇ ਟੱਬਰ ਤੋਂ ਵਿਛੜ ਕੇ ਆਏ, ਪਿੱਛੇ ਕੌਣ ਕੌਣ ਰਹੇ ਨੇ, ਪਤਾ ਹੈ ਨਾ? ਉੱਥੇ ਵਾਲਿਆਂ ਨੂੰ ਇੱਥੇ ਦਾ ਪਤਾ, ਜਿਹੜਾ ਬਾਪੂ ਬੇਬੇ ਉੱਥੇ ਹੈ, ਮੇਰੇ ਪੁੱਤ ਧੀ ਇੱਥੇ, ਪਰ ਅਸਲ ਬਾਪੂ ਦਾ ਪਤਾ ਹੀ ਨਹੀਂ ਲੱਗਿਆ ਕਿੱਥੇ ਰਹਿੰਦਾ ਹੈ। ਜਿਹੜਾ ਅਸਲ ਰਿਸ਼ਤੇਦਾਰ ਸੀ ਉਹਦੇ ਵੱਲ ਖਿਆਲ ਹੀ ਨਹੀਂ ਗਿਆ, ਯਾਦ ਹੀ ਨਹੀਂ ਆਇਆ ਮੈਂ ਵਿਛੜਿਆ ਹੋਇਆ। ਜੇ ਯਾਦ ਆਵੇ ਤੇ ਮਿਲਣ ਦੀ ਕੋਸ਼ਿਸ਼ ਹੋਵੇ, ਜਿਹਨੂੰ ਪਤਾ ਹੀ ਨਹੀਂ ਮੈਂ ਵਿਛੜੇ, ਉਹ ਮਿਲਣ ਦੀ ਕੋਸ਼ਿਸ਼ ਕਦ ਕਰੂਗਾ? ਪਹਿਲਾਂ ਪਤਾ ਲੱਗੇ ਵਿਛੜੇ, ਫਿਰ ਇੱਛਾ ਹੋਊਗੀ ਮਿਲੋ। ਤੇ ਜਿਹਨਾਂ ਨੂੰ ਪਤਾ ਨਹੀਂ ਨਾ ਲੱਗਿਆ ਮੈਂ ਵਾਹਿਗੁਰੂ ਤੋਂ ਵਿਛੜਿਆ ਹੋਇਆ, ਕਿਹੜਾ ਜਿਹਾ ਬਚਨ ਹੈ? ਹੁਣ ਮੈਂ ਵੀ ਤੁਹਾਡੇ ਵਿੱਚ ਹੈ। ਬਿਰਖਾ ਬਿਰਖਾ ਆਖੀਐ ਬਿਰਖਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੇ। ਜਿਸ ਸਰੀਰ ਦੇ ਵਿੱਚ ਵਾਹਿਗੁਰੂ ਪਤੀ ਪਰਮਾਤਮਾ ਦੇ ਵਿਛੋੜੇ ਦੀ ਤੜਪ ਦੁੱਖ ਨਹੀਂ ਹੋਇਆ ਨਾ, ਬਾਣੀ ਕਹਿੰਦੀ ਉਹ ਜਿਉਂਦਾ ਨਹੀਂ, ਮਰ ਚੁੱਕਿਆ। ਸੋ ਤਨ ਜਾਣ ਮ੍ਰਿਤਕ, ਉਹ ਜਿਉਂਦਾ ਨਹੀਂ ਹੈ, ਗੱਲ ਆਪਣੀ ਹੈ ਪ੍ਰੇਮੀਓ।
ਜਿਨ੍ਹਾਂ ਜੀਵਾਂ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਵਿਛੜਿਆ, ਜਿਨ੍ਹਾਂ ਨੂੰ ਪਤਾ ਲੱਗਿਆ ਉਹਨਾਂ ਤੇ ਦੁਹਾਈ ਪਾਈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ। ਉਹਨਾਂ ਤੇ ਦੁਹਾਈ ਪਾ ਕੇ ਕਿਹਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗ। ਉਹਨਾਂ ਤੇ ਬੇਨਤੀਆਂ ਕੀਤੀਆਂ ਮੇਰ ਲੋ, ਪਰ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਵਿਛੜੇ। ਪਤਾ ਲੱਗੇ ਤੇ ਕੋਸ਼ਿਸ਼ ਕਰੀਏ ਮਿਲਣ ਦੀ, ਪਰ ਜਿਹਨੂੰ ਪਤਾ ਨਹੀਂ ਲੱਗਿਆ, ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉੱਤੇ ਮਰ ਚੁੱਕੇ। ਲਓ ਹੁਣ ਉਹਨੂੰ ਪੰਜਾਬੀ ਚ ਸਮਝ ਲਓ, ਕਿਤੇ ਭੁਲੇਖਾ ਰਹਿ ਜਾਵੇ ਫਰੀਦ ਜੀ ਨੇ ਉਹੀ ਲਿਖਤਾ, ਇਸ ਤਾਂ ਜਿਉਂਦੇ ਫਿਰਦੇ ਤੇ ਸਾਨੂੰ ਕਹਿੰਦਾ ਮਰ ਚੁੱਕੇ ਹੋ। ਜ਼ਰੂਰ ਦੇਖੋ ਵਿਛੋੜੇ ਹੁੰਦੇ ਰਹੇ ਨੇ, ਜੰਮਣ ਮਰਨਾ ਘਰ ਵਿੱਚ ਹੁੰਦਾ ਰਹਿੰਦਾ। ਜਦੋਂ ਕੋਈ ਸਾਡਾ ਪਰਿਵਾਰਕ ਮੈਂਬਰ, ਸੰਬੰਧੀ, ਮਿੱਤਰ, ਸੱਜਣ ਚੜ੍ਹਾਈ ਕਰਦੇ ਨੇ, ਜਿਹੜੇ ਜਿਉਂਦੇ ਹੁੰਦੇ ਨੇ ਦੁੱਖ ਉਹਨਾਂ ਨੂੰ ਹੁੰਦਾ। ਜਿਹੜਾ ਚੜ੍ਹਾਈ ਕਰ ਗਿਆ ਆਰਾਮ ਨਾਲ ਪਿਆ, ਸਮਝੋ ਇਸ ਨੂੰ ਪੰਜਾਬੀ, ਜਿਹੜਾ ਮਰ ਗਿਆ ਉਹਨੂੰ ਕੀ ਦੁੱਖ ਹੈ ਤੇਰੇ ਰੋਣ ਦਾ, ਉਹਨੂੰ ਕੋਈ ਦੁੱਖ ਹੈ ਪਰਿਵਾਰ ਦਾ, ਉਹ ਤੇ ਆਰਾਮ ਨਾਲ ਪਿਆ, ਕੋਈ ਦੁੱਖ ਨਹੀਂ ਮਰੇ ਹੋਏ ਨੂੰ। ਜੇ ਵਿਛੋੜੇ ਦਾ ਦੁੱਖ ਹੋਊਗਾ ਜਿਉਂਦੇ ਨੂੰ ਹੋਊ, ਜਿਹੜੇ ਜਿਉਂਦੇ ਨੇ ਉਹ ਪਿੱਟਣਗੇ, ਰੋਟੀ ਛੱਡਦੇ ਨੇ। ਆਪਾਂ ਨੂੰ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਨਹੀਂ ਹੋਇਆ ਤੇ ਆਪਾਂ ਜਿਉਂਦੇ ਕੌਣ ਕਵਾਂਗੇ? ਆਖੋ ਮਰੇ ਹੋਏ ਨੂੰ ਵਿਛੋੜੇ ਦਾ ਦੁੱਖ ਨਹੀਂ ਹੁੰਦਾ, ਉਹ ਦੁੱਖ ਤੋਂ ਹੁਣ ਪਰੇ ਹੈ, ਮਿੱਟੀ ਚ ਦੱਬ ਦੋ, ਅੱਗ ਚ ਪਾ ਦੋ, ਉਹਨੂੰ ਦੁੱਖ ਨਹੀਂ। ਤੇ ਇੱਕ ਹੋਰ ਵੀ ਗੱਲ ਲਿਖੀ ਹੈ, ਉਹਨੂੰ ਕਿਉਂ ਨਹੀਂ ਦੁੱਖ ਹੁੰਦਾ? ਟੱਬਰ ਵਾਲੇ ਰੋਂਦੇ ਨੇ, ਬੜਾ ਦੁੱਖ ਹੈ ਵਿਛੋੜੇ, ਹਰ ਸਮੇਂ ਦੁੱਖ ਹੁੰਦਾ, ਦੁਖੀ ਹੋਣਗੇ। ਉਹ ਕਹਤੇ ਰਾਮ ਨਾਲ ਪਿਆ ਬਈ, ਉਹ ਸਮਝਦਾ ਹੀ ਨਹੀਂ ਕੌਣ ਪਿੱਟਦਾ ਕੌਣ ਰੋਂਦਾ, ਕਿਹਨੇ ਕੰਧਾਂ ਨਾਲ ਸਿਰ ਪਾਰ ਕੇ ਪਾੜ ਲਿਆ, ਉਹਨੂੰ ਪਤਾ ਇਸ ਗੱਲ ਦਾ ਹੁਣ, ਪਰ ਪਤਾ ਬਾਅਦ ਵਿੱਚ ਲੱਗਿਆ। ਕੋਈ ਘਟਨਾ ਵਾਪਰ ਜਾਵੇ ਨਾ, ਬਾਅਦ ਵਿੱਚ ਪਤਾ ਲੱਗੇ ਤਾਂ ਕੋਈ ਫਾਇਦਾ ਨਹੀਂ ਹੁੰਦਾ। ਕੋਈ ਚੜ੍ਹਾਈ ਕਰ ਗਿਆ ਤੇ ਡਾਕਟਰ ਟੀਕਾ ਚੱਕੀ ਫਿਰਦਾ, ਕਹਿੰਦਾ ਜੇ ਆਹ ਪਹਿਲਾਂ ਲੱਗ ਜਾਂਦਾ ਇਹ ਮਰ ਜਾਂਦਾ, ਬਚ ਜਾਂਦਾ, ਤੇ ਹੁਣ ਕਾਹਨੂੰ ਚੱਕੀ ਫਿਰਦਾ? ਹੁਣ ਤਾਂ ਗਿਆ, ਡੂਬ ਮੂਹੇ ਨੌਕਾ ਮਿਲੇ ਕਉ ਕਾਹੇ ਚੜ੍ਹਾਵੇ। ਜਾਂ ਡੁੱਬ ਕੋਈ ਕੋਈ ਮਰ ਗਿਆ ਫਿਰ ਬੇੜੀਆਂ ਚੱਕੀ ਫਿਰਦੇ, ਕਹਿੰਦੇ ਇਹਨੂੰ ਕੱਢ ਕੇ ਲਿਆਉਣੇ, ਉਹ ਉੱਥੇ ਨਹੀਂ ਹੈਗਾ, ਹੁਣ ਤਾਂ ਡੈਡ ਬੋਡੀ ਕੱਢ ਲਿਆਓ, ਉਹਨੂੰ ਚੜ੍ਹਾਓ ਚਾਹੇ ਨਾ ਚੜ੍ਹਾਓ, ਉਹਨੂੰ ਕੀ ਫਾਇਦਾ? ਬੁੱਢ ਮੂਹੇ ਨੌਕਾ ਮਿਲੇ, ਗੁਰੂ ਮਹਾਰਾਜ ਕਹਿੰਦੇ ਕਹੋ ਕਿਹਨੂੰ ਚੜ੍ਹਾਉਣ ਚੱਲੇ ਹੋ ਤੁਸੀਂ? ਜੇ ਬੇੜੀ ਲਿਜਾਣੀ ਸੀ ਜਿਉਣ ਜਿਉਂਦੇ ਕੋਲ ਲਿਜਾਂਦੇ, ਡੁੱਬਦੇ ਕੋਲ ਲਿਜਾਂਦੇ, ਬਚ ਸਕਦਾ ਸੀ। ਉਸ ਸਮੇਂ ਪਤਾ ਲੱਗ ਜਾਂਦਾ ਇਹ ਜਿਹੜੇ ਪਿੱਟ ਰਹੇ ਨੇ, ਦੁਖੀ ਹੋ ਰਹੇ ਨੇ, ਤਾਹਾਂ ਮਾਰ ਰਹੇ ਨੇ, ਕੰਨਾਂ ਨਾਲ ਟੱਕਰਾਂ ਮਾਰਦੇ, ਉਹ ਕੋਈ ਖਿਆਲ ਨਹੀਂ ਕਰਦਾ ਉਹਨਾਂ ਦਾ। ਕਿਉਂ? ਉਹਨੂੰ ਪਤਾ ਕਿ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾ, ਇਹ ਰੋਂਦੇ ਹੀ ਹੈ, ਇਹਨਾਂ ਨੇ ਮੈਨੂੰ ਪਰਾਲੀ ਦੀ ਪੰਡ ਵਾਂਗ ਫੂਕਣਾ। ਸਭ ਬੰਨੈ ਪੰਡ ਪਰਾ, ਉਸ ਤਰ੍ਹਾਂ ਹੀ ਆਲੇ ਦੁਆਲੇ ਤੋਂ ਲੱਕੜਾਂ ਨਾਲ ਬੰਨ ਕੇ ਹੀ ਸੰਸਕਾਰ ਕਰੀਦਾ। ਦੁੱਖ ਹੈ ਜਿਹੜਾ ਵਿਛੋੜੇ ਦਾ ਜਿਉਂਦੇ ਨੂੰ ਹੈ, ਜਿਹੜਾ ਚੜ੍ਹਾਈ ਕਰ ਗਏ ਉਹਨੂੰ ਕਾਹਦਾ ਦੁੱਖ? ਫਰੀਦ ਸਾਹਿਬ ਕਹਿੰਦੇ ਜਿਹਨਾਂ ਮਨੁੱਖ ਜਨਮ ਲੈ ਲਿਆ ਪਰ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਅੰਦਰ ਪੈਦਾ ਨਹੀਂ ਹੋਇਆ ਉਹ ਮ੍ਰਿਤਕ ਹਨ। ਜਿਤ ਤਨ ਬਿਰਹੋ ਨਾ ਉਪਜੈ, ਹੁਣ ਪੰਜਾਬੀ ਸੁਣ ਲਓ, ਕੋਈ ਬਹੁਤ ਵੱਡੀ ਘਟਨਾ ਹੋ ਜਾਵੇ, ਕਿਸੇ ਤੇ ਅਸਰ ਨਾ ਹੋਵੇ ਨਾ ਘਰ ਦੇ ਮੈਂਬਰ ਤੇ, ਤੁਸੀਂ ਕਹਿ ਦੋਗੇ ਬੰਦਾ ਕਾਹਦਾ ਹੈ ਤੇ ਪੱਥਰ ਹੈ, ਅੱਜ ਕੇ ਅਖੋਸ਼ ਇਹ ਬੰਦਾ ਹੀ ਨਹੀਂ ਹੈ ਜਿਹਨੂੰ ਐਡੀ ਵੱਡੀ ਹਾਦਸੇ ਦਾ ਅਸਰ ਨਹੀਂ ਹੋਇਆ, ਪੱਥਰ ਹੈ, ਜੜ ਹੈ, ਜੜ ਪੱਥਰ ਮ੍ਰਿਤਕ ਹੁੰਦਾ ਗੁਰਸਿੱਖ,
ਤੇ ਗੁਰੂ ਅਰਜਨ ਦੇਵ ਜੀ ਨੇ ਤਾਂ ਇੱਕ ਹੋਰ ਨਿਸ਼ਾਨ